ਅਖਾੜਾ ਭਖਿਆ ਹੋਇਆ ਹੈ। ਸਾਰੇ ਉਮੀਦਵਾਰ ਕਿਸਮਤ ਅਜ਼ਮਾਉਣ ਲਈ ਅਖਾੜੇ ਵਿੱਚ ਉਤਰ ਗਏ। ਪਿੰਡ ਫਤਿਹਗੜ੍ਹ ਛੰਨਾ ਤੋਂ ਉਮੀਦਵਾਰ ਬੀਬੀ ਰਾਜਵਿੰਦਰ ਕੌਰ ਮੈਦਾਨ ਵਿੱਚ ਉਤਰੇ, ਜਿਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਸੁਪਨਾ ਹੈ ਕਿ ਮੈਂ ਆਪਣੇ ਪਿੰਡ ਦੀ ਨੁਹਾਰ ਬਦਲਾਂਗੀ ਤੇ ਪਿੰਡ ਦਾ ਵਿਕਾਸ ਕਰਾਂਗੀ। ਉੱਥੇ ਹੀ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਕੀ ਨਾਮ ਹੈ ਆਪਣਾ? ਆਪਣਾ ਮਲਕੀਤ ਸਿੰਘ ਹੈ ਜੀ, ਭੋਲਾ ਬੱਧ ਮੈਨੂੰ ਕਹਿੰਦੇ ਨੇ ਜੀ। ਜੀ ਜੀ, ਮਲਕੀਤ ਸਿੰਘ ਜੀ, ਇੱਕ ਇਲੈਕਸ਼ਨ ਹੋ ਰਹੇ ਨੇ ਸਰਪੰਚੀ ਤੇ, ਤੇ ਮੈਡਮ ਰਾਜਵਿੰਦਰ ਕੌਰ ਜੀ ਤੁਹਾਡੇ ਸਰਪੰਚ ਦੀ ਇਲੈਕਸ਼ਨ ਲੜ ਰਹੇ ਨੇ। ਹਾਂਜੀ ਹਾਂਜੀ, ਤੁਹਾਡੀ ਉਮਰ ਲੰਘੀ, ਕੀ ਤੁਹਾਡਾ ਤਜਰਬਾ, ਕੀ ਤੁਹਾਡੀ ਉਮੀਦਾਂ ਦੇ ਖਰੇ ਉੱਤਰ ਪਾਣਗੇ? ਹਾਂਜੀ ਹਾਂਜੀ, ਉੱਤਰ ਪਾਣਗੇ, ਸਾਡੇ ਨਾਲ ਰਾਇ ਕਰਦੇ ਜੀ ਬਹੁਤ ਹੈ ਜੀ। ਕਿਹੋ ਜਿਹਾ ਪਰਿਵਾਰ ਹੈ? ਪਰਿਵਾਰ ਬਹੁਤ ਵਧੀਆ ਜੀ। ਜੀ ਕਿਹੋ ਜਿਹਾ ਇਹਨਾਂ ਦੇ ਪਰਿਵਾਰ, ਪਿੰਡ ਦੇ ਵਿੱਚ ਕਿਹੋ ਜਿਹਾ ਵਰਤਿਆ ਹੈ? ਪਰਿਵਾਰ ਦੇ ਵਿੱਚ ਪਰਿਵਾਰ ਬਹੁਤ ਬਹੁਤ ਹੈ ਜੀ, ਸਾਰੇ ਇਹਦਾ, ਸਾਰੇ ਵਿਹੜੇ ਵਾਲੇ, ਸਾਰੇ ਪਿੰਡ ਵਾਲੇ ਜੀ ਬਹੁਤ ਇਹਨਾਂ ਉਹ ਰੱਖਦੇ ਜੀ। ਦੁੱਖ ਸੁੱਖ ਦੇ ਵਿੱਚ ਸਾਂਝ, ਦੁੱਖ ਸੁੱਖ ਦੇ ਵਿੱਚ ਸਾਂਝ ਆਉਂਦੇ ਜੀ, ਪਹਿਲਾਂ ਮੂਹਰੇ ਜਾਂਦੇ ਜੀ ਹੱਥੋਂ ਜੀ। ਸਰਪੰਚੀ ਤੋਂ ਬਾਅਦ ਤੁਹਾਡੀ ਉਮੀਦਾਂ ਦੇ ਖਰੇ ਉਤਰਨਗੇ ਜੀ? ਹਾਂਜੀ ਹਾਂਜੀ, ਪੂਰਾ ਉਤਰਨਗੇ ਜੀ। ਸਾਡੇ ਨਾਲ ਰਾਇਆ ਕਰਦੇ ਜੀ ਬਹੁਤ, ਵਿਆਹ ਕੰਮ ਕਰਨ ਵਾਲੇ ਨੇ, ਪੁੱਛਦੇ ਸਾਨੂੰ, ਅਸੀਂ ਕਹਿੰਦੇ ਵੀ ਇਹ ਕਹਾਣੀ ਕਰਾਂਗੇ, ਮੂਹਰੇ ਹੋ ਕੇ ਕਰਾਂਗੇ ਜੀ। ਇਹ ਸਾਡੇ ਨਾਲ ਰਾਇਆ ਕਰਦੇ ਜੀ, ਪੂਰੀ ਬਹੁਤ ਵਧੀਆ ਕਰਦੇ ਆ ਜੀ ਕੰਮ। ਉਹਨਾਂ ਦੀ ਜਿਹੜੀ ਰਹਿ ਹੈ ਜੀ, ਜਿਹੜੀ ਰਹਿ ਆ ਪੂਰੀ ਸਰਪੰਚ ਦੀ, ਪੂਰੀ ਬਹੁਤ ਵਧੀਆ ਜੀ ਇਹਨਾਂ ਦੀ। ਕੀ ਨਾਮ ਆਪਣਾ ਜੀ? ਰਾਜਵਿੰਦਰ ਕੌਰ। ਰਾਜਵਿੰਦਰ ਕੌਰ ਜੀ, ਤੁਸੀਂ ਇਲੈਕਸ਼ਨ ਲੜ ਰਹੇ ਹੋ, ਸਰਪੰਚੀ ਇਲੈਕਸ਼ਨ ਲੜ ਰਹੇ ਹੋ, ਬੜੇ ਸੂਝਵਾਨ ਹੋ, ਪੂਰੀ ਬੁੱਧੀਜੀਵ ਹੋ। ਹਾਂਜੀ ਹਾਂ। ਕਿਹੜੇ ਮੁੱਦਿਆਂ ਤੁਸੀਂ ਇਲੈਕਸ਼ਨ ਲੜ ਰਹੇ ਹੋ? ਇਹ ਜੀ, ਜਿਵੇਂ ਸਾਡੇ ਛੱਪੜ ਦਾ ਪਾਣੀ ਨਹੀਂ ਹੈਗਾ ਜੀ, ਜੀ ਹੈ, ਜਿਵੇਂ ਗਰਾਊਂਡ ਵੀ ਜਵਾਕਾਂ ਦਾ, ਬੱਚਿਆਂ ਦਾ, ਹੈ ਨਾ, ਖਿਡਾਰੀਆਂ ਦਾ, ਉਹ ਬਣਾਉਣਾ ਗਾ ਜੀ। ਵੀ ਜਿਵੇਂ ਸਾਡੇ ਕੋਈ ਸਕੂਲ 'ਚ ਨਹੀਂ ਹੈਗੀ ਕੋਈ, ਹੈ ਨਾ, ਸਹੂਲਤ, ਬਾਰਵੀਂ ਦਾ ਬਣਾਉਣਾ ਗਾ ਜੀ। ਅਪਡੇਟ ਕਰਾਉਣਾ? ਹਾਂਜੀ, ਅਪਡੇਟ ਕਰਾਉਣਾ ਜੀ। ਹਾਂ, ਵੀ ਮੈਂ ਸਰਪੰਚ ਨਹੀਂ ਬਣੂੰਗੀ, ਹੈ ਨਾ, ਵੀ ਪੂਰਾ ਕੰਮ ਕਰਾਉਂਗੀ ਜੀ। ਜੀ, ਹੋਰ ਕਿਹੜੇ ਮੁੱਦੇ ਨੇ ਜੇ ਆਪਾਂ ਨੌਜਵਾਨਾਂ ਲਈ ਖੇਡ ਪ੍ਰਤੀ ਗੱਲ ਕਰੀਏ, ਕੋਈ ਗਰਾਊਂਡ ਹੈ ਤੁਹਾਡੇ ਪਿੰਡ ਦੇ ਵਿੱਚ? ਨਹੀਂ ਜੀ, ਇੰਨਾ ਨਹੀਂ ਹੈਗਾ ਵਧੀਆ ਗਰਾਊਂਡ ਜੀ। ਫਿਰ ਤੁਸੀਂ ਸਰਪੰਚ ਬਣਨ ਤੋਂ ਪਹਿਲਾਂ, ਉਸ ਤੋਂ ਬਾਅਦ ਤੁਸੀਂ ਗਰਾਊਂਡ ਵੱਲ ਧਿਆਨ ਦਿਓਗੇ? ਹਾਂ ਜੀ ਹਾਂ, ਮੈਂ ਪੂਰਾ ਦੇਵਾਂ ਜੀ। ਲਾਇਬ੍ਰੇਰੀ ਕੋਈ ਹੋਰ ਕੁਛ? ਹਾਂ, ਸੀਵਰੇਜ ਪਾਣੀ ਚਾਹੀਦਾ ਜੀ। ਇੱਕ ਸਾਡੇ ਜੀ ਵਾਟਰ ਵਾਸ ਦਾ ਪਾਣੀ ਖਰਾਬ ਆ ਜੀ, ਜੀ ਸਾਨੂੰ ਉਹ ਮਿਲਣਾ ਚਾਹੀਦਾ ਜੀ। ਜੀ, ਉਹ ਤੁਸੀਂ ਪਹਿਲਦਾਰ ਤੇ ਕੰਮ ਕਰਾਓਗੇ? ਹਾਂ ਜੀ ਹਾਂ, ਕਰਾਵਾਂਗੇ ਜੀ। ਹਾਂ, ਤੇ ਹੋਰ ਤੁਹਾਡੇ ਪਿੰਡ ਵਿੱਚ ਕੋਈ ਬਿਜਲੀ ਦੀ ਸਮੱਸਿਆ ਪਾਉਂ ਕੋਈ? ਹਾਂ, ਹੈਗੀ ਆ ਜੀ, ਸਾਡੇ ਬਿਜਲੀ ਦੀ, ਉਹ ਵੀ ਕਰਾਵਾਂਗੇ ਜੀ, ਪਹਿਲਦਾਰ ਤੇ ਕਰਾਓਗੇ? ਹਾਂ ਜੀ ਹਾਂ। ਤੇ ਇੱਕ ਜਿਹੜਾ ਨਸ਼ਾ ਦਾ ਹੜ ਚੱਲ ਰਿਹਾ? ਹਾਂ, ਉਹ ਤਾਂ ਜੀ ਜ਼ਰੂਰ ਕਰਾਉਂਗਾ, ਨਸ਼ਾ ਇੱਥੇ ਵੜਨ ਦਿੰਦੇ ਪਿੰਡ 'ਚ ਜੀ। ਹਾਂ ਜੀ, ਕਿੰਨਾ ਕੁ ਵਿਕਾਸ ਕਰਾਉਂਦੇ ਕੋਈ ਪਿੰਡ ਦੇ? ਬਹੁਤ ਕਰਾ ਦੂੰ ਜੀ ਮੈਂ, ਜੇ ਸਰਪੰਚ ਨਹੀਂ ਬਣ ਗਈ, ਜਿੱਤ ਗਈ ਜੀ। ਤੇ ਅਗਲੀ ਵਾਰ ਜੇ ਸਰਪੰਚ ਬਣ ਗਏ ਤਾਂ ਇੰਨਾ ਵਿਕਾਸ ਕਰਾ ਦਿਓ ਕਿ ਅਗਲੀ ਵਾਰ ਤੁਹਾਨੂੰ ਲੋੜ ਨਾ ਪਵੇ ਜੀ? ਹਾਂ, ਅਗਲੀ ਵਾਰ ਵੈਸੇ ਮੈਨੂੰ ਲੋੜ ਨਾ ਪਵੇ, ਹੁਣ ਸਰਪੰਚ ਨਹੀਂ ਬਣ ਜਾ ਵੈਸੇ ਮੈਂ, ਸਾਰੇ ਕੰਮ ਕਰਵਾ ਦੂੰ ਜੀ। ਧੰਨਵਾਦ।